ਕੈਪਟਨ ਸਾਹਿਬ ਬਿਲਕੁਲ ਫੇਲ ਹੈ। ਆ ਸਾਰੀ ਜ਼ਿੰਮੇਵਾਰੀ ਕੈਪਟਨ ਸਾਹਿਬ ਦੇ ਆਪਣੇ ਸਿਰ ਤੇ ਹੋਊਗੀ। ਅਗਲੇ 2 ਸਾਲਾਂ ਜਿਸ ਤਰੀਕੇ ਨਾਲ ਡਰੱਗਸ ਵਧ ਰਹੇ ਹੈ ਤੇ ਮੈਨੂੰ ਲੱਗਦਾ ਬਹੁਤ ਬੁਰੀ ਹਾਲਤ ਪੰਜਾਬ ਦੀ ਹੋ ਜਾਣੀ ਹੈ। ਇੰਟਰਨੈਸ਼ਨਲ ਐਂਟੀ ਡਰੱਗਸ ਡੇ ਮੌਕੇ ਜਿੱਥੇ ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਸਾਥ ਦੇਣ ਤੇ ਕਾਫੀ ਹੱਦ ਤੱਕ ਨਸ਼ਿਆਂ ਤੇ ਕੰਟਰੋਲ ਕਰਨ ਦੀ ਗੱਲ ਆਖਦਿਆਂ ਆਪਣੀ ਸਰਕਾਰ ਦੀ ਪਿੱਠ ਦਬਦਬਾਈ, ਉੱਥੇ ਹੀ ਕੈਪਟਨ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਮਹਿਜ਼ ਗੱਲਾਂ ਤੇ ਦਿਨ ਮਨਾਉਣ ਨਾਲ ਨਸ਼ਾ ਖਤਮ ਨਹੀਂ ਹੋਵੇਗਾ, ਸਗੋਂ ਇਸ ਦੇ ਲਈ ਇਕਮੁੱਠ ਹੋ ਕੇ ਕੰਮ ਕਰਨਾ ਪਵੇਗਾ। ਆਖਿਰ ਸੁਖਬੀਰ ਨੇ ਕੈਪਟਨ ਨੂੰ ਕੀ ਮਸ਼ਵਰਾ ਦਿੱਤਾ, ਤੁਸੀਂ ਵੀ ਸੁਣੋ। ਕੈਪਟਨ ਸਾਹਿਬ ਦੇ ਇਸ ਪ੍ਰੋਗਰਾਮ 'ਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਕੈਪਟਨ ਸਾਹਿਬ ਨੇ ਤਾਂ ਕਿਹਾ ਸੀ ਮੈਂ 4 ਹਫ਼ਤਿਆਂ 'ਚ ਡਰੱਗ ਖਤਮ ਕਰ ਦੂੰਗਾ, ਅੱਜ 2.5-3 ਸਾਲ ਹੋਣ ਵਾਲੇ ਹੈ। ਜਿੰਨੀ ਡਰੱਗਸ ਵੱਧ ਗਈ ਹੈ ਪੰਜਾਬ 'ਚ, ਇਹਦਾ ਵੱਡਾ ਕਾਰਨ ਹੈ ਕਿਉਂਕਿ ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਪੋਲੀਟੀਕਲ ਕੰਟਰੋਲ ਹੈ ਨਹੀਂ, ਅਫਸਰਸ਼ਾਹੀ ਕੰਮ ਚੱਲ ਰਹੀ ਹੈ, ਕਈ ਥਾਣੇਦਾਰ ਨਾਲ ਰਲੇ ਹੈ, ਪੁਲਿਸ ਨਾਲ ਥੱਲੇ ਲੜੀ ਰਲੀ ਹੈ। ਸੋ ਕਿਉਂਕਿ ਜੇ ਕੰਟਰੋਲ ਹੀ ਹੈ ਨਹੀਂ, ਸਰਕਾਰ ਹੀ ਹੈ ਨਹੀਂ, ਆਹ ਸਾਰਾ ਕੁਛ ਵੱਧ ਗਿਆ। ਸੋ ਇਸ ਕਰਕੇ ਕੈਪਟਨ ਸਾਹਿਬ ਪਹਿਲੇ ਆਪਣਾ ਸਰਕਾਰ ਚਲਾਓ, ਸਰਕਾਰ ਚਲਾ ਕੇ ਕੰਟਰੋਲ ਕਰੋ, ਐਨ ਸਲੋਗਨ ਦੇਣੇ ਦਿਨ ਮਨਾਉਣ ਦਾ ਕੋਈ ਫਾਇਦਾ ਨਹੀਂ। ਕੈਪਟਨ ਸਾਹਿਬ ਬਿਲਕੁਲ ਫੇਲ ਹੈ ਅਤੇ ਜੈ ਜੈ ਹਾਲਾਤ ਚੱਲ ਰਹੀ ਹੈ, ਅਗਲੇ 2 ਸਾਲਾਂ ਜਿਸ ਤਰੀਕੇ ਨਾਲ ਡਰੱਗਸ ਵੱਧ ਰਹੇ ਹੈ ਤਾਂ ਮੈਨੂੰ ਲੱਗਦਾ ਬਹੁਤ ਬੁਰੀ ਹਾਲਤ ਪੰਜਾਬ ਦੀ ਹੋ ਜਾਣੀ ਹੈ। ਆ ਸਾਰੀ ਜ਼ਿੰਮੇਵਾਰੀ ਕੈਪਟਨ ਸਾਹਿਬ ਦੇ ਆਪਣੇ ਸਿਰ 'ਤੇ ਹੋਊਗੀ, ਕਿਉਂਕਿ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਇਨਕੋਂਪੀਟੈਂਟ ਐਡਮਿਨਿਸਟ੍ਰੇਸ਼ਨ ਹੈ। ਉਹਨਾਂ ਦਾ ਸਰਕਾਰ ਚਲਾਉਣ ਦੇ ਤਰੀਕੇ ਨੇ ਹੀ ਬਰਬਾਦੀ ਲਿਆਂਦੀ ਹੈ। ਦੱਸ ਦਈਏ ਕਿ ਸੁਖਬੀਰ ਬਾਦਲ ਲੁਧਿਆਣਾ 'ਚ ਕਿਸੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਾ ਹੁੰਦਿਆਂ ਆਖ ਕੈਪਟਨ ਨੂੰ ਸਰਕਾਰ ਚਲਾਉਣ ਦੀ ਸਲਾਹ ਦਿੱਤੀ। ਲੁਧਿਆਣਾ ਤੋਂ ਵਿਵੇਕ ਢਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।